ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਵਿੱਚ 2 ਦਿਨਾਂ ਕਿਸਾਨ ਅਤੇ ਪਸ਼ੂ ਪਾਲਣ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਫਿਰੋਜ਼ਪੁਰ ਰੋਡ ਤੇ ਬਣ ਰਹੇ ਫਲਾਈਓਵਰ ਦੇ ਚਲਦਿਆਂ ਇਸ ਵਾਰ ਵੀ ਕਿਸਾਨ ਗੇਟ ਨੰਬਰ 1 ਅਤੇ 2 ਤੋਂ ਮੇਲੇ 'ਚ ਦਾਖਲ ਨਹੀਂ ਹੋ ਸਕਣਗੇ। PAU ਦੇ ਗੇਟ ਨੰਬਰ 8 ਅਤੇ ਗੇਟ ਨੰਬਰ 5 ਤੋਂ ਹੀ ਮੇਲੇ ਵਿੱਚ ਐਂਟਰੀ ਹੋ ਸਕੇਗੀ। 2 ਦਿਨਾਂ ਕਿਸਾਨ ਮੇਲੇ ਵਿੱਚ ਕਿਸਾਨ ਝੋਨੇ ਦੀ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਤੋਂ ਇਲਾਵਾ ਹੋਰ ਫਸਲਾਂ ਦੇ ਬੀਜ, ਫਲ ਅਤੇ ਸਬਜ਼ੀਆਂ ਦੀ ਪਨੀਰੀ ਖਰੀਦ ਸਕਦੇ ਹਨ। PAU ਦੇ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਵਿੱਚ ਝੋਨੇ ਦੀ ਨਵੀਂ ਕਿਸਮ PR 127 ਦਾ ਬੀਜ ਵੀ ਦਿੱਤਾ ਜਾਵੇਗਾ। ਇਸ ਦੇ ਨਾਲ ਨਾਲ ਹੋਰ ਵੀ ਕਈ ਕਿਸਮਾਂ ਦੇ ਬੀਜ ਉਪਲਬਧ ਹਨ। ਇਸ ਤੋਂ ਇਲਾਵਾ ਫਲਾਂ, ਫੁੱਲਾਂ ਅਤੇ ਸਬਜ਼ੀਆਂ ਦੀ ਪਨੀਰੀ ਵੀ ਮਿਲੇਗੀ। ਉਤਸ਼ਾਹ ਪਿਛਲੇ ਸਾਲ ਨਾਲੋਂ ਕਿ ਇੱਕ ਤਾਂ ਯੂਨੀਵਰਸਿਟੀ ਵੱਲੋਂ ਮੇਲਾ ਗੇਤਾ ਲਾਉਣ ਕਰਕੇ ਨਾ ਜੀ ਥੋੜ੍ਹਾ ਜਿਹਾ ਰਸ਼ ਦਾ ਫਰਕ ਪਿਆ, ਔਰ ਦੂਸਰਾ ਸੈਕੰਡਲੀ ਅਸੀਂ ਐਤਕੀ ਇੱਕ ਪਰਮਲ ਦੀ ਕਿਸਮ BR 141 ਨਵੀਂ ਲੈ ਕੇ ਆਏ ਹਾਂ ਜੀ। ਦੂਸਰੀ ਅਸੀਂ ਬਾਸਮਤੀ 1121 ਦੀ ਨਵੀਂ ਸੋਧੀ ਹੋਈ ਕਿਸਮ ਹੈ ਜੀ, PB 1718 ਜਿਹੜੀ ਕਿ ਬਹੁਤ ਹੀ ਵਧੀਆ 1121 ਨਾਲੋਂ ਤਕਰੀਬਨ 4-5 ਕੁਇੰਟਲ ਝਾੜ ਦਾ ਫਰਕ ਹੈ, ਔਰ ਜਿਹੜੀ BR 141 ਆ ਉਹ ਵੀ ਵਰਾਇਟੀ ਬਹੁਤ ਵਧੀਆ, ਉਹ ਵੀ ਤਕਰੀਬਨ 135 ਦਿਨ ਦੇ ਵਿੱਚ 34-35 ਕੁਇੰਟਲ ਦਾ ਝਾੜ ਦੇ ਦਿੰਦੀ ਹੈ। ਨਹੀਂ ਕੋਈ ਖੁਸ਼ ਨਹੀਂ, ਕੀ ਕਾਰਨ ਹੈ ਜੀ? ਜਿਹੜੀ ਸਬਸਿਡੀ ਦੇ ਰਹੇ ਆ ਇਹ ਸੰਦਾਂ ਦੇ ਉੱਤੇ ਕਿਸਾਨ ਨੂੰ, ਉਹ ਕਿਸਾਨ ਕੋਲੇ ਨਹੀਂ ਪੁੱਜਦੀ, ਉਹ ਵਪਾਰੀ ਵਰਗ ਕੋਲੇ, ਮੈਨੂਫੈਕਚਰ ਬੰਦੇ ਕੋਲੇ ਰਹਿ ਜਾਂਦੀ ਆ, ਕਿਸਾਨ ਕੋਲੇ ਨਹੀਂ ਰਹਿੰਦੀ। ਕਿਉਂਕਿ ਜੋ ਵੀ ਜਿਵੇਂ SMS ਕਵਾਇਨ ਦੇ ਮਗਰ ਲੱਗਦਾ, ਜੇ ਬਾਹਰੋਂ ਲਵਾਉਂਦੇ ਆ ਉਹੀ 45-50 ਹਜ਼ਾਰ ਦਾ ਲੱਗ ਜਾਂਦਾ, ਜੇ ਉਹ ਫੈਕਟਰੀ 'ਚੋਂ ਲਵਾਉਂਦੇ ਆ ਤਾਂ 1.25 ਲੱਖ ਦਾ ਲੱਗਦਾ। ਕਿਸਾਨ ਕੋਲੇ ਤਾਂ ਸਬਸਿਡੀ ਆਉਂਦੀ ਨਹੀਂ, ਵਪਾਰੀ ਨੂੰ ਤੇ ਮਤਲਬ ਕਿ ਮੈਨੂਫੈਕਚਰ ਨੂੰ ਖੁਸ਼ ਕਰ ਰਹੀ ਆ, ਜ਼ਿਮੀਦਾਰ ਕੋਲੇ ਤਾਂ ਆਉਂਦਾ ਹੀ ਨਹੀਂ ਕੁਛ। ਜੇ ਉਹ ਡਾਇਰੈਕਟ ਦੇਵੇ ਵੀ ਤੁਸੀਂ ਕਿਸੇ ਤੋਂ ਮਰਜ਼ੀ ਲਵਾ ਸਕਦੇ ਹੋ, ਫਿਰ ਤਾਂ ਹੈ ਵੀ ਜ਼ਿਮੀਦਾਰ ਨੂੰ ਸਬਸਿਡੀ ਆਵੇ ਵੀ ਤੁਸੀਂ ਓਪਨ ਕਰੋ ਵੀ ਜਿੱਥੋਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉੱਥੋਂ ਆਪਦਾ ਲਵਾਓ। ਜਦੋਂ ਫੈਕਸ ਕਰ ਦਿੰਦੇ ਫਲਾਨੀ ਫਰਮ ਤੋਂ ਹੀ ਲਵਾਉਣਾ, ਉਹ ਕੰਟੈਕਟ ਕਰੇ ਵੀ ਆਪਾਂ ਅਫਸਰਾਂ ਦੇ ਸਾਰਿਆਂ ਦੇ, ਉਹ ਸਬਸਿਡੀ ਦਾ ਉਹਦੇ ਕੋਲ ਚਲੀ ਜਾਂਦੀ ਹੈ, ਜ਼ਿਮੀਦਾਰ ਕੋਲ ਤਾਂ ਸਬਸਿਡੀ ਆਉਂਦੀ ਨਹੀਂ। ਵਪਾਰੀ ਦੇ ਤੌਰ ਤੇ ਤੁਸੀਂ ਕਿਵੇਂ ਦੇਖਦੇ ਹੋ 2 ਸਾਲ ਜਿਹੜੇ ਲੰਘ ਕੇ ਗਏ ਆ ਪੰਜਾਬ ਸਰਕਾਰ ਦੇ, ਕਿਸ ਤਰ੍ਹਾਂ ਦਾ ਰਿਹਾ ਗਰੋਥ ਰੇਟ? ਗਰੋਥ ਸਰ ਵਧੀਆ ਰਹੀ ਗਵਰਨਮੈਂਟ ਦੀ ਜੀ ਇਸ ਬਾਰੇ, ਕਿਉਂਕਿ ਜਿਹੜੇ ਸਬਸਿਡੀਆਂ ਜੋ ਕਿਸਾਨਾਂ ਨੂੰ ਦਿੱਤੀਆਂ, ਗਰੁੱਪ ਬਣਾ ਕੇ ਦਿੱਤੀਆਂ, ਸੁਸਾਇਟੀਆਂ ਦੇ ਵਿੱਚ ਦਿੱਤੇ, ਗਵਰਨਮੈਂਟ ਨੇ ਕਾਫੀ ਪੈਸਾ ਸਬਸਿਡੀਆਂ ਦਾ ਦਿੱਤਾ, ਕਿਸਾਨਾਂ ਖੁਸ਼ ਨੇ ਇਸ ਤੋਂ ਵੀ ਸਾਨੂੰ ਸਬਸਿਡੀਆਂ ਮਿਲੀਆਂ, ਗਰੁੱਪ ਬਣਾ ਕੇ 7-8 ਬੰਦਿਆਂ ਦਾ ਕਿਸਾਨਾਂ ਨੂੰ ਪੈਸਾ। ਹਾਂਜੀ, ਬਾਕੀ ਤਾਂ ਦੇਖੋ ਜੋ ਪਹਿਲਾਂ ਸਰਕਾਰ ਨੇ ਕੰਮ ਕਰਿਆ ਉਸ ਹਿਸਾਬ ਨਾਲ ਤਾਂ ਜ਼ਿਮੀਦਾਰ ਨੂੰ ਵੀ ਲੱਗਿਆ ਵੀ ਕੁਛ ਸਰਕਾਰ ਕਰ ਰਹੀ ਹੈ। ਜੋ ਦੇਖੋ ਐਗਰੀਕਲਚਰ ਲਾਈਨ ਦੀ ਮੈਂ ਗੱਲ ਕਰ ਰਿਹਾ, ਬਾਕੀ ਮੈਨੂੰ ਹੋਰ ਲਾਈਨ ਦਾ ਨਹੀਂ ਪਤਾ ਵੀ ਗੌਰਮੈਂਟ ਨੇ ਕਿਸ ਕਿਸਾਨ ਨਾਲ ਕਿਸ ਕਿਸ ਤਰ੍ਹਾਂ ਦੇ ਵਾਅਦੇ ਕੀਤੇ ਨੇ, ਕਿਉਂਕਿ ਜੋ ਐਗਰੀਕਲਚਰ ਲਾਈਨ ਦੇ ਵਿੱਚ ਉਹਨਾਂ ਨੇ ਸਬਸਿਡੀ ਦੇਣ ਨੂੰ ਕਿਹਾ ਸੀ ਉਹਦੇ ਪਿਛਲੇ ਸਾਲ ਸਰਕਾਰ ਖੜੀ ਉਤਰੀ ਹੈ। ਇਸ ਵਾਰ ਵੀ ਇਹਨਾਂ ਨੇ ਅਪ੍ਰੈਲ ਦੀ ਡੇਟ ਲਈ ਹੈ ਵੀ ਅਸੀਂ ਅਪ੍ਰੈਲ ਦੇ ਵਿੱਚ ਕਲੀਅਰ ਕਰ ਦਾਂਗੇ ਵੀ ਕਿਹੜੇ ਪ੍ਰੋਡਕਟ ਦੇ ਉੱਤੇ ਕਿੰਨੀ ਸਬਸਿਡੀ ਆਏਗੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।